ਫਾਜ਼ਿਲਕਾ ਵਿਖੇ ਸਰਕਾਰੀ ਸਕੂਲਾਂ ਦੇ ਵਿੱਚ 100% ਰਿਜ਼ਲਟ ਲਿਆਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਇੱਕ ਸਮਾਗਮ ਦੇ ਵਿੱਚ ਪਹੁੰਚੇ ਪਰ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਵੀ ਇਸ ਸਮਾਗਮ ਵਿੱਚ ਕ੍ਰਿਸ਼ਨ ਕੁਮਾਰ ਦਾ ਵਿਰੋਧ ਕਰਨ ਲਈ ਪਹੁੰਚ ਗਏ। ਮੌਕੇ ਤੇ ਮੌਜੂਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਧਿਆਪਕਾਂ ਤੇ ਕਾਬੂ ਪਾਇਆ ਗਿਆ। ਕਿਸ ਤਰ੍ਹਾਂ ਦਾ ਵਿਰੋਧ ਹੈ ਜੀ? ਸਰ, ਅਸੀਂ 2 ਸਾਲਾਂ ਤੋਂ ਸੜਕਾਂ ਦੇ ਧੱਕੇ ਖਾ ਰਹੇ ਹਾਂ। ਇਹ ਸਰਕਾਰ ਨੇ ਸਾਡੇ ਕੋਲੋਂ ਵੋਟਾਂ ਲੈ ਕੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਤੇ ਸਾਨੂੰ ਸੜਕਾਂ ਤੇ ਰੋਲਿਆ। ਇਹ ਕਹਿ ਰਹੇ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ, ਘਰ ਘਰ ਕੀ ਹੈ ਤਾਂ ਸਾਨੂੰ ਸੜਕਾਂ ਤੇ ਰੁਲਾ ਰੱਖਿਆ ਇਹਨਾਂ ਨੇ। ਸਾਡੇ ਬੰਦੇ ਮਰਨ ਵਰਤ ਤੇ ਬੈਠੇ ਆ। ਕੱਲ੍ਹ ਇਹਨਾਂ ਨੇ ਉਹਨਾਂ ਨੂੰ ਜ਼ਬਰਦਸਤੀ ਚੁੱਕਿਆ ਤੇ ਹੋਸਪਿਟਲਾਂ ਵਿੱਚ ਪਹੁੰਚਾਇਆ। ਹਾਲਾਂਕਿ ਅਸੀਂ ਜੋਬ ਦੇ ਆਕੇ 'ਚ ਬੈਠੇ ਹਾਂ, ਕੋਈ ਅਸੀਂ ਐਵੇਂ ਨਹੀਂ ਬੈਠੇ, ਕੋਈ ਇਹਨਾਂ ਤੋਂ ਭੀਖ ਨਹੀਂ ਮੰਗ ਰਹੇ, ਆਪਦਾ ਹੱਕ ਮੰਗ ਰਹੇ ਹਾਂ। ਕਿਉਂ ਨਹੀਂ ਸਾਨੂੰ ਸਾਡਾ ਹੱਕ ਦਿੱਤਾ ਜਾ ਰਿਹਾ? ਕਿਉਂ ਸਾਨੂੰ ਸੜਕਾਂ ਤੇ ਰੁਲਾਇਆ ਜਾ ਰਿਹਾ? ਅਸੀਂ ਇੰਨੀਆਂ ਔਖੀਆਂ ਪੜ੍ਹਾਈਆਂ ਕੀਤੀਆਂ, ਸਾਡੇ ਪੇਰੈਂਟਸ ਨੇ ਸਾਨੂੰ ਤਿਆੜੀਆਂ ਕਰ ਕਰਕੇ ਧੱਕੇ ਖਾ ਖਾ ਕੇ ਤੇ ਅੱਜ ਅਸੀਂ ਸੜਕਾਂ ਤੇ ਰੁਲੇ ਫਿਰਨੇ ਆ। ਕ੍ਰਿਸ਼ਨ ਕੁਮਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ, ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਅੱਜ ਤੋਂ ਪਹਿਲਾਂ ਵੀ 5000 ਪੋਸਟਾਂ ਦਾ ਵਾਅਦਾ ਕੀਤਾ ਸੀ, ਲੇਕਿਨ ਇਹ ਕਿਸੇ ਵੀ ਵਾਅਦੇ ਤੇ ਖਰੇ ਨਹੀਂ ਉਤਰ ਰਹੇ। ਅੱਜ ਸਾਡੇ ਸਟੂਡੈਂਟ ਇੰਨੇ ਪਰੇਸ਼ਾਨ ਨੇ ਕਿ ਉਹਦੀ ਜਾਨ ਦੇਣ ਨੂੰ ਟੈਂਕੀ ਦੇ ਕਿਨਾਰਿਆਂ ਤੇ ਬੈਠੇ ਨੇ। ਅੱਜ ਦੇ ਦਿਨ ਅਕਾਲ ਦੀ ਖਬਰ ਹੈ ਕਿ ਉਹ ਥੱਲੇ ਉਤਰ ਕੇ ਥੱਲੇ ਛਾਲਾ ਮਾਰਨਾ ਚਾਹੁੰਦੇ ਸੀ, ਪਰ ਪ੍ਰਸ਼ਾਸਨ ਵੱਲੋਂ ਇੰਨੀ ਧੱਕਾਸ਼ਾਹੀ ਕੀਤੀ ਗਈ। ਅਕਾਲ ਤੱਕ ਇੰਨੇ ਮਤਲਬ ਸਭ ਦੇ ਮੂਡ ਖਰਾਬ ਸੀ ਕਿ ਸਾਡੇ ਕਿਸੇ ਖੇਡਰ ਨੂੰ ਕੁਛ ਹੋ ਨਾ ਜਾਵੇ। ਇਹਨਾਂ ਨੇ ਸਾਡੇ ਇੰਨੇ ਹਾਲਾਤ ਮਾੜੇ ਖਰਾਬ ਕਰ ਰੱਖੇ ਨੇ ਕਿ ਕਿਸੇ ਦੇ ਘਰ ਰੋਟੀ ਨਹੀਂ ਬਣ ਰਹੀ। ਇਹਨਾਂ ਨੇ ਸਾਨੂੰ ਗਰੀਬੀ ਦੇ ਵਿੱਚ ਪੂਰਾ ਕਸਿਆ ਹੋਇਆ। ਸਾਨੂੰ ਕੋਈ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਸਰ, ਕੋਈ ਅਸੀਂ ਇਹ ਨਹੀਂ ਅਸੀਂ ਟੈਂਕੀਆਂ ਤੇ ਚੜ੍ਹਨਾ ਚਾਹੁੰਦੇ ਸੀ। ਅਸੀਂ 2 ਸਾਲ ਹੋ ਗਏ ਸੜਕਾਂ ਤੇ ਫੇਰੇ ਆ, ਸਾਨੂੰ ਰੋਜ਼ ਇੱਕ ਨਵਾਂ ਵਾਅਦਾ ਕੀਤਾ ਜਾਂਦਾ ਸੀ। ਅੱਜ ਵੀ ਮੀਟਿੰਗ ਹੈ, ਅੱਜ ਵੀ ਮੀਟਿੰਗ ਹੈ। ਤੁਸੀਂ ਕਿਹਾ ਨਾ ਮੇਰੇ ਹਸਬੈਂਡ ਇਸ ਤਰ੍ਹਾਂ ਜਾਂ ਮਰਮਰ ਤੇ ਬੈਠੇ ਨੇ? ਨੋ ਸਰ, ਮੇਰੇ ਹਸਬੈਂਡ ਨਹੀਂ, ਮੇਰੇ ਹਸਬੈਂਡ ਤਾਂ ਗਵਰਨਮੈਂਟ ਟੀਚਰ ਨੇ। ਠੀਕ ਹੈ, ਅੱਜ ਉਹ ਵੀ ਇੱਥੇ ਪ੍ਰੈਜ਼ੈਂਟ ਹੀ ਨੇ। ਠੀਕ ਹੈ ਠੀਕ ਹੈ, ਅੰਦਰ ਨੇ ਉਹ ਤਾਂ। ਤੇ ਸਰ, ਮੇਰੇ ਨਾਲ ਦੇ ਜੋ ਕੇਡਰ ਨੇ ਉਹ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਉਹ ਟੈਂਕੀ ਤੇ ਬੈਠੇ ਨੇ। ਉਹਨਾਂ ਨੇ ਨੌਕਰੀ ਵਾਸਤੇ ਪਤਾ ਨਹੀਂ ਇਹਨਾਂ ਤੋਂ, ਸਰਕਾਰ ਤੋਂ ਹਰ ਤਰ੍ਹਾਂ ਦੀ ਮੀਟਿੰਗ ਵੀ ਲਈ, ਸਾਡੇ ਪ੍ਰਧਾਨ ਸਾਹਿਬ ਨੇ ਕਈ ਮੀਟਿੰਗਾਂ ਦਿੱਤੀਆਂ ਗਈਆਂ, ਹਰ ਵਾਰੀ ਸਾਨੂੰ ਧੋਖਾ ਹੀ ਦਿੱਤਾ ਗਿਆ। ਸਾਡੀ ਤੁਹਾਡੇ ਨਾਲ ਸਹਿਮਤੀ ਹੈ, ਤੁਹਾਨੂੰ ਨੌਕਰੀ ਨਹੀਂ ਮੇਰੀ ਸੀ ਕਰਦੇ, ਪਤਾ ਤੁਸੀਂ ਕਰ ਰਹੇ ਹੋ, ਕਿਉਂਕਿ ਮੈਡਮ ਟੈਂਕੀ ਤੇ ਪੈਣਾ ਕੋਈ ਹੱਲ ਹੈ ਅਸੀਂ ਸਮੱਸਿਆ ਦਾ? ਨਹੀਂ ਸਰ, ਪੂਰੀ ਸਾਡੇ 2 ਸਾਲ ਹੋ ਗਏ ਟੇਬਲ ਟਾਕ, ਪਰ ਕੋਈ ਹੱਲ ਨਹੀਂ ਨਿਕਲਿਆ ਇਹਨਾਂ ਨਾਲ, ਕੋਈ ਹੱਲ ਨਹੀਂ ਨਿਕਲਿਆ। ਲਾਰੇ ਲਾ ਕੇ 5000 ਪੋਸਟਾਂ ਕੱਟਾਂਗੇ, 2 ਸਾਲ ਹੋ ਗਿਆ ਕੋਈ ਪੋਸਟ ਨਹੀਂ ਆਈ, ਹੁਣ 2500 ਦਾ ਲਾਰਾ ਲਾਇਆ, 25 ਪੋਸਟਾਂ ਦਾ ਅਸੀਂ ਵਿਰੋਧ ਕਰਾਂਗੇ, ਬਿਲਕੁਲ ਵਿਰੋਧ ਕਰਾਂਗੇ। ਟੇਬਲ ਟਾਕ ਨਾਲ ਸਾਡੀ ਕੋਈ ਹੱਲ ਨਹੀਂ ਨਿਕਲਿਆ। ਨਹੀਂ ਕੁਛ ਨਹੀਂ, ਅਸੀਂ 14,136 ਬੱਚੇ ਆ ਟੈਟ ਪਾਸ, ਉਹਨਾਂ ਨੇ ਕਿਹੜੇ ਦੇ ਦਿੱਤੇ? ਉਹਦੇ ਚ ਉਹ ਕਿਹੜੀ ਪੋਸਟ, ਉਹ ਲਾਰਾ ਇੱਕ ਲੋਲੀਪੋਪ ਹੈ, ਉਹ ਨਹੀਂ ਅਸੀਂ ਲੈਣਾ, ਅਸੀਂ ਵਿਰੋਧ ਕਰਾਂਗੇ ਬਿਲਕੁਲ।